Bare dîgir salavat. ਜਿਵੇਂ ਦਰਬਾਰ ਸੋਹਣਾ ਹੈ, ਜਿਵੇਂ ਦਰਬਾਰ ਦੇ ਵਾਰਿਸ ਸੋਹਣੇ, ਸੋਹਣੀ ਜ਼ੁਬਾਨ ਨਾਲ ਸੋਹਣੀ ਸਲਵਾਤ। ਨਾਰਾਏ ਤਕਬੀਰ, ਅੱਲਾਹੁ ਅਕਬਰ। ਜ਼ਿੰਦਾ ਖੁਸ਼ ਰਹੋ, ਸਭ ਬੋਲੋ ਨਾਰਾਏ ਤਕਬੀਰ, ਅੱਲਾਹੁ ਅਕਬਰ। ਨਾਰਾਏ ਰਿਸਾਲਤ, ਯਾ ਰਸੂਲ ਅੱਲਾਹ। ਨਾਰਾ ਰਿਸਾਲਤ, ਯਾ ਰਸੂਲ ਅੱਲਾਹ। ਨਾਰਾ ਹੈਦਰੀ, ਯਾ ਅਲੀ ਅਲੈਹ ਸਲਾਮ। ਸਭ ਬੋਲੋ ਅਲੀ ਜਾ। ਨਾਰਾ ਹੈਦਰੀ, ਯਾ ਅਲੀ ਮੁਸ਼ਕਲ ਖੁਸ਼ਹਾਲੀ। ਹੁਸੈਨੀਅਤ ਜ਼ਿੰਦਾਬਾਦ। ਸਭ ਬੋਲੋ ਨਾ ਬਾਬਾ। ਹੁਸੈਨੀਅਤ ਜ਼ਿੰਦਾਬਾਦ। ਯਰੀਦੀਅਤ ਮੁਰਦਾਬਾਦ। ਯਰੀਦੀਅਤ ਮੁਰਦਾਬਾਦ। ਦੋਵਾਂ ਜਹਾਨਾਂ ਦੀ ਸੈਣ ਦੇ ਦੁਸ਼ਮਣ ਤੇ ਲਾਨਤ, ਬੇਸ਼ੁਮਾਰ ਲਾਨਤ। ਦੋਵਾਂ ਜਹਾਨਾਂ ਦੀ ਸੈਣ ਦੇ ਦੁਸ਼ਮਣ ਤੇ ਲਾਨਤ, ਬੇਸ਼ੁਮਾਰ ਲਾਨਤ। ਸਲਵਾਤ ਬਾਦਸ਼ਾਹ ਹੁਸੈਨ ਦੀ ਜ਼ਾਤ ਤੇ ਬੁਲੰਦ ਆਵਾਜ਼। ਕਿਬਲਾ ਇਜਾਜ਼ਤ ਤੇ ਮੈਂ ਜ਼ਿਕਰ ਪਾਕ ਸ਼ੁਰੂ ਕਰ। ਮੌਲਾ ਕਾਇਨਾਤ ਤੁਹਾਡਾ ਟੋਰਾਇਆ ਕਬੂਲ ਫਰਮਾ। ਜਿਤਨੇ ਕਦਮਾਂ ਤੋਂ, ਜਿਤਨੇ ਜ਼ਨਮ ਅਰ ਚੱਲ ਕੇ ਆਏ ਹੋ, ਅੱਲਾਹ ਤੁਹਾਡਾ ਟੁਰ ਕੇ ਆਇਆ ਕਬੂਲ। ਅੱਲਾਹ ਤੁਹਾਡੀਆਂ ਦੁਆਵਾਂ ਕਬੂਲ ਕਰੇ, ਅੱਲਾਹ ਤੁਹਾਡੀਆਂ ਆਸਾਂ ਤੋੜ ਜਾ। ਦੁਨੀਆਵੀ ਗਮਾਂ ਦੁੱਖਾਂ ਮੁਸੀਬਤਾਂ ਤੋਂ ਮੌਲਾ ਤੁਹਾਨੂੰ ਅਮਾਨ ਤੇ ਪਨਾਹ। ਬਾਨੀ ਮਜਲਿਸ ਅਜ਼ੀਜ਼ ਦੇ ਤਮਾਮ ਖਰਚ ਖਰਾਜਾਤ, ਲੰਗਰ ਨਜ਼ਰ ਨਿਆਜ਼ ਮੌਲਾ ਕਬੂਲ ਫਰਮਾ। ਵਿਹੜਾ ਵਸਦਾ ਰਵੇ ਧੀਆਂ ਪੁੱਤਰਾਂ ਨਾਲ, ਭੈਣਾਂ ਭਰਾਵਾਂ ਨਾਲ, ਸੰਗਤ ਸਾਥ ਦੇ ਨਾਲ, ਦੋਸਤਾਂ ਬਾਬਾ ਨਾਲ, ਪੂਰੇ ਖਾਨਦਾਨ ਨਾਲ, ਪੂਰੇ ਸਰਗੋ ਦੇ ਨਾਲ। ਸ਼ੀਆ ਸੁਨੀ ਸਮੈਤ ਮੌਲਾ ਵਸਦਾ ਰੱਖ। ਤਮਾਮ ਹਜ਼ਰਾਤ ਦਾ ਪੜ੍ਹਿਆ ਬਮੈ ਮੈਂ ਹਕੀਰ ਦੇ ਮੌਲਾ ਇਬਾਦਤ ਸ਼ੁਮਾਰ। ਸਲਵਾਤ ਸਾਰੇ ਪੜ੍ਹੋ ਬਾਦਸ਼ਾਹ ਹੁਸੈਨ ਜੀ। ਮੇਰਾ ਬਾਦਸ਼ਾਹ ਤੁਹਾਨੂੰ ਸਲਾਮਤ ਰੱਖੇ। ਫਤਿਹ ਮੱਕਾ ਤੋਂ ਬਾਅਦ, ਫਤਿਹ ਮੱਕਾ ਤੋਂ ਬਾਅਦ ਅੱਲਾਹ ਦੇ ਨਬੀ ਨੇ ਉਹਨਾਂ ਲੋਕਾਂ ਨੂੰ ਆਖਿਆ ਜਿਹੜੇ ਆਖਦੇ ਹਨ ਇੱਕੋ ਮੰਨੂੰ ਤਾਂ ਕਿਹਾ, ਜੋ ਨਾ ਮੰਨੂੰ ਤਾਂ ਕਿਹਾ। ਮੰਨ ਲਵੀਏ ਤਾਂ ਫਾਇਦਾ ਕੋਈ ਨਹੀਂ, ਨਾ ਮੰਨੀਏ ਤਾਂ ਨੁਕਸਾਨ ਕੋਈ ਨਹੀਂ, ਕਿਉਂਕਿ ਇਕੱਲਾ ਹੈ। ਹੁਣ ਜਦੋਂ ਮੱਕਾ ਫਤਿਹ ਹੋਇਆ ਤਾਂ ਇਹ ਲੋਕ ਕੈਦ ਹੋ ਕੇ ਅੱਲਾਹ ਦੇ ਨਬੀ ਦੀ ਅਦਾਲਤ 'ਚ ਪੇਸ਼ ਹੋਏ। ਅੱਲਾਹ ਦਾ ਸੋਹਣਾ ਨਬੀ ਫਰਮਾਉਂਦਾ ਹੈ, ਹੁਣ ਦੱਸੋ ਮੈਂ ਤੁਹਾਡੇ ਨਾਲ ਕਿਆ ਸਲੂਕ ਕਰਾਂ। ਸਰ ਜਿੱਕਾ ਕਰਕੇ ਆ ਦੇਣ, ਸੋਹਣਾ ਤੂੰ ਹੈ ਅੱਲਾਹ ਦੀ ਕੋਲ ਰਹਿਮਤ, ਜਿਵੇਂ ਮਰਜ਼ੀ ਆਵੇ ਉਹ ਸਜ਼ਾ ਦਿਓ। ਅੱਲਾਹ ਦੇ ਪਾਕ ਨਬੀ ਫਰਮਾਇਆ ਮੈਂ ਤੁਹਾਨੂੰ ਮਾਫ਼ ਕੀਤਾ। ਪਰ ਇੱਕ ਸ਼ਰਤ ਹੈ, ਕਲਮਾ ਪੜ੍ਹ ਲਓ। ਤੁਹਾਨੂੰ ਮਾਫ਼ ਕੀਤਾ ਪਰ ਇਹਨਾਂ ਕਲਮਾ ਪੜ੍ਹਿਆ ਕਿ ਨਾ? ਤਾਂ ਵੱਤ ਇਸ ਖਿਆਲ 'ਤੇ ਕਲਮਾ ਪੜ੍ਹਿਆ ਜੋ ਇੱਕ ਤਾਂ ਜਾਨ ਬਚਵੇ ਸੀ ਅਤੇ ਦੂਜਾ ਰਾਸ ਨੂੰ ਆਪਣੇ ਵਤਨ 'ਤੇ ਕਿ ਨਾ? ਵੱਤ ਸਹੀ ਉਹ ਲਕੀਦਾ ਕਲਮਾ ਪੜ੍ਹ ਲਿਆ। ਇਹ ਜਿਹਨਾਂ ਕਲਮਾ ਪੜ੍ਹਿਆ ਆ, ਇਹਨਾਂ ਦੇ ਵਿੱਚ ਅਬੂ ਸੁਫੀਆਨ ਵੀ ਆ। ਅਬੂ ਸੁਫੀਆਨ ਦੀਆਂ ਦੋ ਧੀਆਂ ਹਨ, ਜਨਾਬੇ ਮੈਮੂਨਾ, ਉਮੇ ਹਬੀਬਾ। ਉਮੇ ਹਬੀਬਾ ਦੀ ਸ਼ਾਦੀ ਕੀਤੀ ਪਾਕ ਨਬੀ ਨਾਲ, ਮੈਮੂਨਾ ਦੀ ਸ਼ਾਦੀ ਕੀਤੀ ਅਬੂ ਮੁਰਾ ਸਖਫੀ ਮੁਖਤਾਰ ਦੇ ਖਾਨਦਾਨ। ਹੁਣ ਇਹ ਨਾਜ਼ ਕਰਦਾ ਹਾਈ ਕਿ ਮੇਰੇ ਨਾਲ ਦਾ ਬੰਦਾ ਅੱਲਾਹ ਦੀ ਕਾਇਨਾਤ 'ਚ ਕੋਈ, ਕਿਉਂਕਿ ਮੈਂ ਮੁਹੰਮਦ ਦਾ ਸੌਰਾ, ਮੇਰੀ ਧੀ ਨਬੀ ਦੇ ਘਰ ਹੈ। ਕੱਪੜਿਆਂ 'ਚ ਫੁੰਦਾ ਮਾਂਦਾ ਨਾ ਆਈ, ਪੇਰ ਜ਼ਮੀਨ 'ਤੇ ਨਾ ਲੱਗਦੇ, ਆਦਾ ਮੇਰੇ ਨਾਲ ਦਾ ਬੰਦਾ
ਅੱਲਾਹ ਦੀ ਕਾਇਨਾਤ 'ਚ ਕੋਈ ਨਹੀਂ, ਕਿਉਂਕਿ ਮੇਰੀ ਜੀ ਮੁਹੰਮਦ ਦੇ ਘਰ ਹੈ। ਬਾਬਾ ਸਾਹਿਬ ਦੇ ਹੀ ਉਹ ਪਟੇਨੇ ਆ, ਸਾਡੀ ਗੱਲ ਕਿਉਂ ਨਹੀਂ ਸੁਣਦਾ ਤੂੰ? ਜਿਹਦੀ ਜੀ ਮੁਹੰਮਦ ਦੇ ਘਰ ਹੈ ਉਹਦੇ ਨਾਲ ਦਾ ਬੰਦਾ ਅੱਲਾਹ ਦੀ ਕਾਇਨਾਤ 'ਚ ਕੋਈ ਨਹੀਂ, ਅਤੇ ਮੁਹੰਮਦ ਦੀ ਧੀ ਜਿਹਦੇ ਘਰ ਹੋਵੇ ਜੀ। ਉਮੇ ਹਬੀਬਾ ਦੀ ਸ਼ਾਦੀ ਪਾਕ ਨਬੀ ਨਾਲ, ਮਹਿਮੂਨਾ ਦੀ ਸ਼ਾਦੀ ਅਬੂ ਮੁਰਾ ਸਖਫੀ ਮੁਖਤਾਰ ਦੇ ਖਾਨ ਨਾਲ। ਮਹਿਮੂਨਾ ਆਪਣੇ ਸ਼ੌਹਰ ਨੂੰ ਆਖਿਆ ਕਾਸਦ ਦੇ ਜਿਹੜਾ ਵੰਜੇ ਮੇਰੀ ਭੈਣ ਦੀ ਖਬਰ ਕਹਿੰਦਾ। ਕਾਸਦ ਮਿਲ ਗਿਆ ਭੈਣ, ਭੈਣ ਨੂੰ ਖਤ ਲਿਖਿਆ, ਭੈਣ ਦਾ ਖਤ ਭੈਣ ਨੂੰ ਮਿਲਿਆ। ਸਲਾਮ ਦੁਆ ਦੇ ਬਾਅਦ, ਖੈਰ ਵਫੀਅਤ ਦੇ ਬਾਅਦ ਲਿਖਿਆ ਹੋਇਆ ਹੈ, ਜਿਸ ਗੱਲ 'ਚ ਮੈਂ ਆਬਾਦ ਹਾਂ, ਬੜਾ ਵੱਡਾ ਖਾਨਦਾਨ ਹੈ, ਸਾਰੇ ਖਾਨਦਾਨ ਦਾ ਸਰਦਾਰ ਮੇਰਾ ਸ਼ੌਹਰ ਹੈ, ਮੈਂ ਬੜੀ ਖੁਸ਼ ਹਾਂ। ਜਿਸ ਘਰ 'ਚ ਤੂੰ ਰਹਿੰਦੀ ਹੈ, ਇਹ ਘਰ ਕੈਸਾ ਹੈ, ਤੇਰਾ ਸ਼ੌਹਰ ਕੈਸਾ ਹੈ, ਖਾਨਦਾਨ ਕੈਸਾ ਹੈ, ਭੈਣ ਦਾ ਖਤ ਹੱਥਾਂ 'ਚੋਂ ਡਹਿ ਪਿਆ। ਉਮੇ ਹਬੀਬਾ ਜਵਾਬ ਦਿੱਤਾ, ਕਮਲੀ ਭੈਣ, ਜਿਸ ਘਰ 'ਚ ਤੂੰ ਆਬਾਦ ਹੈ ਇਹ ਫਕਤ ਖੁਸ਼ਹਾਲ ਘਰਾਨਾ ਹੈ, ਜਿਸ ਘਰ 'ਚ ਮੈਂ ਆਬਾਦ ਹਾਂ ਇੱਥੇ ਅੱਲਾਹ ਦਾ ਕੁਰਾਨ ਆਉਂਦਾ ਹੈ। ਤੇਰਾ ਸ਼ੌਹਰ ਇਹ ਖਾਨਦਾਨ ਦਾ ਸਰਦਾਰ, ਮੇਰਾ ਸ਼ੌਹਰ ਨਬੀਆਂ ਦਾ ਸਰਦਾਰ। ਜਦੋਂ ਅਬੂ ਮੁਰਾ ਸਖਫੀ ਨੂੰ ਪਤਾ ਲੱਗਾ ਉਮੇ ਹਬੀਬਾ ਦੀ ਸ਼ਾਦੀ ਪਾਕ ਨਬੀ ਨਾਲ ਹੈ, ਆਪਣੀ ਜ਼ੌਜਾ ਨਾਲ ਹੈ, ਕਿਆ ਤੂੰ ਨਹੀਂ ਜਾਣਦੀ ਮੁਹੰਮਦ ਅੱਲਾਹ ਦੀ ਕੁਲ ਰਹਿਮਤ ਹੈ? ਸੁਣਦੇ ਬੈਠੇ ਹੋ ਵਤਨ ਵਾਲਿਓ, ਕਮਾਲ ਹੈ ਤੁਹਾਡੇ ਸੁਣਨ ਦੀ ਵੀ ਕਮਾਲ ਹੈ, ਮੌਲਾ ਜਾਣਦਾ ਅੱਲਾਹ ਤੂੰ ਬੱਚਿਆਂ ਨਾਲ ਆਬਾਦ। ਹਾਂ, ਅਤੇ ਆਪਣੀ ਭੈਣ ਕੋਲ ਸਿਫਾਰਿਸ਼ ਕਰਾ ਨਾ, ਉਹ ਅੱਲਾਹ ਦੇ ਨਬੀ ਨੂੰ ਆਖੇ, ਸੋਹਣਾ ਨਬੀ ਸਾਡੇ ਆਖੇ ਦੁਆ ਮੰਗੇ ਅੱਲਾਹ ਸਾਨੂੰ ਔਲਾਦ ਦੇਵੇ। ਫਿਰ ਕਾਸਦ ਆਇਆ, ਦੁਆ ਮੰਗੀ ਗਈ, ਸੋਹਣੇ ਨਬੀ ਫਰਮਾਇਆ ਮੈਂ ਦੁਆ ਕਰ ਛੋੜੀ, ਅੱਲਾਹ ਔਲਾਦ ਦੇ ਸੀ। ਨਬੀ ਦੀ ਦੁਆ ਨੂੰ ਰੰਗ ਲੱਗੇ, ਮਹਿਮੂਨਾ ਦੇ ਬਤਨ 'ਚੋਂ ਖਾਲਿਕ ਬੇਨਿਆਜ਼ ਨੇ ਅਬੂ ਮੁਰਾ ਸਖਫੀ ਨੂੰ ਬੇਟੀ ਅਤਾ ਕੀਤੀ। ਮਹਿਮੂਨਾ ਦੀ ਧੀ ਜੰਮੀ ਹੈ, ਇਨਾਮ ਰੱਖ, ਅਜੇ ਪੁੱਤਰ ਹੋਇਆ ਤਾਂ ਮੈਂ ਦਿਲਚਸਪੀ ਕਹਿੰਦਾ, ਪੁੱਤਰ ਨਹੀਂ ਧੀ ਹੈ, ਤੇਰਾ ਹੱਕ ਜ਼ਿਆਦਾ ਬਣਦਾ ਹੈ। ਹਾਂਜੀ, ਅਗਰ ਮੇਰਾ ਹੱਕ ਜ਼ਿਆਦਾ ਬਣਦਾ ਮੈਂ ਤਾਂ ਵੱਲ ਕਾਸਿਦ ਭੇਜੇ ਸਾਂ, ਜਿਹੜਾ ਇੱਕ ਤਾਂ ਮੁਬਾਰਕ ਲਿਆ ਸੀ, ਦੂਜਾ ਇਹਦਾ ਨਾਮ ਮਾਸੀ ਰੱਖ ਸੀ, ਮਾਸੀ। ਕਾਸਿਦ ਆਇਆ ਉਮੇ ਹਬੀਬਾ ਦੇ ਕੋਲ, ਨਬੀ ਦੀ ਦੁਆ ਨੂੰ ਰੰਗ ਲੱਗੇ, ਅੱਲਾਹ ਤੁਹਾਨੂੰ ਭਾਂਜੀ ਅਤਾ ਕੀਤੀ, ਨਾਮ ਰੱਖੋ ਆਪਣੇ ਆਪ ਨੂੰ। ਅਜੀ ਜਿਸ ਘਰ 'ਚ ਮੁਹੰਮਦ ਰਹਿੰਦਾ ਹੋਵੇ ਮੈਂ ਸਬਕਤ ਕਰ ਸਕਦੀ ਹਾਂ, ਖੱਚ ਆ ਕੇ ਪਾਕ ਨਬੀ ਕੋਲ ਸੋਣਾ, ਤੁਹਾਡੀ ਦੁਆ ਦਾ ਨਤੀਜਾ ਆ ਗਿਆ, ਮੈਂ ਕਸੀਦੇ ਦੇ ਕਰੀਬ ਆ ਗਿਆ, ਤੁਹਾਡੀ ਦੁਆ ਦਾ ਨਤੀਜਾ ਆ ਗਿਆ ਹੈ, ਨਾਮ ਰੱਖੋ ਅੱਲਾਹ ਮੈਨੂੰ ਭਾਂਜੀ ਅਤਾ ਕੀਤੀ। ਸੋਹਣੇ ਨਬੀ ਫਰਮਾਇਆ ਮੈਂ ਨਾਮ ਰੱਖ ਛੋੜਿਆ ਹੈ। ਮੌਲਾ ਕਿਆ ਨਾਮ ਰੱਖਿਆ ਹੈ? ਫਰਮਾਇਆ ਨਾਮ ਰੱਖ ਛੋੜਿਆ ਹੈ ਲੈਲਾ। ਲੈਲਾ ਗਰਦਿਸ਼ ਜ਼ਮਾਨਾ, ਲੈਲਾ ਦੀ ਅੰਮਾ ਆ ਦੀਏ ਅਬੂ ਮੁਰਾ ਸਖਫੀ ਨੂੰ, ਧੀ ਜਵਾਨ ਹੈ ਘਰ ਤਲਾਸ਼ ਕਰ, ਆਦਾ ਜਿਨ੍ਹਾਂ ਦੀ ਦੁਆ ਨਾਲ ਆਈਏ, ਜਿਨ੍ਹਾਂ ਨਾਮ ਰੱਖਿਆ ਹੈ ਉਹਨਾਂ ਦੇ ਬੂਹੇ 'ਤੇ ਮੈਨੇ ਅੱਲਾ 'ਚ ਪਾ ਲਏ, ਨਾ ਆਪੇ ਕੋਈ ਫੈਸਲਾ ਕਰੇ ਸਰ। ਨਬੀਆਂ ਦੇ ਨਬੀ ਦੇ ਬੂਹੇ 'ਤੇ ਆਇਆ ਤਾਂ ਕਲ ਬਾਪ ਕੀਤਾ, ਅੰਦਰੂ ਆਵਾਜ਼ ਆਈ, ਆਹਲਨ ਵਾ ਸਾਹਲਨ, ਜੀ ਆਇਆ ਮੁਸਾਫਿਰ, ਬਿਸਮਿਲ੍ਲਾ ਕੌਣ? ਜੀ ਅਬੂ ਮੁਰਾ ਸਖਫੀ, ਬਿਸਮਿਲ੍ਲਾ ਭਾਈ ਜਾਨ, ਕਿਵੇਂ ਤਸ਼ਰੀਫ ਆਵਰੀ ਹੋਈ? ਸਰ ਜਿੱਕਾ ਕਰਕੇ ਆਦਾ, ਤੇਰੀ ਭਾਂਜੀ ਮੇਰੀ ਬੇਟੀ ਜਵਾਨ ਹੈ, ਮੇਰੀ ਧੀ ਕਿਤੇ ਕੋ ਘਰ ਤਲਾਸ਼ ਕਰ, ਅਤੇ ਜਿਵੇਂ ਤੈਡਾ ਬਾਬਾ ਤੈਡਾ ਨਾਜ਼ ਕਰਦਾ ਹੈ ਨਾ, ਕਿ ਮੇਰੇ ਨਾਲ ਦਾ ਬੰਦਾ ਅੱਲਾਹ ਦੀ ਕਾਇਨਾਤ 'ਚ ਕੋਈ ਨਹੀਂ, ਉਸੇ ਤਰੀਕੇ
ਅਗਰ ਮੇਰਾ ਸਰ ਉੱਚਾ ਨਾ ਹੋਵੇ ਨਾ, ਜਿੱਕਾ ਹੀ ਨਾ ਹੋਵੇ, ਮੁਆਜ਼ਮਾ ਦੇ ਭਾਈ ਜਾਨ ਫਿਕਰ ਨਾ ਕਰ, ਮੇਰੇ ਬਾਬੇ ਤਾਂ ਮੇਰੀ ਸ਼ਾਦੀ ਉੱਥੇ ਕੀਤੀ ਆਈ ਨਾ ਜਿੱਥੇ ਮਲਾਇਕਾ ਰੁਕਦੇ ਨੇ, ਮੇਰਾ ਵਾਅਦਾ ਹੈ ਤੇਰੀ ਲੈਲਾ ਦੀ ਸ਼ਾਦੀ ਉੱਥੇ ਕਰੇ ਸਾਂ ਜਿੱਥੇ ਨਬੀ ਰੁਕਦਾ ਹੈ। ਗਾਜ਼ੀ ਤੋਂ ਨੰਗਲਾਵੇ, ਚੂੰਕਿ ਕਾਫੀ ਜ਼ਾਕੇ ਨੇ, ਅਗਰ ਮੈਂ ਮੁਕੰਮਲ ਗੱਲ ਕਰਾਂ ਵਕਤ ਜ਼ਿਆਦਾ ਲੱਗ ਵੈਸੀ। ਬਸ ਸ਼ਹਿਜ਼ਾਦੀ ਆਈ, ਬਾਦਸ਼ਾਹ ਹੁਸੈਨ ਨਾਲ ਸ਼ਾਦੀ ਹੋ ਗਈ। ਕਿਤਨੀ ਕਰ ਦਿੱਤੀ ਹੈ ਗੱਲ, ਸਾਰੀ ਕਰ ਦਿੱਤੀ ਹੈ। 11 ਸ਼ਾਬਾਨ ਹੈ, ਖੁਸ਼ ਜਹਾਨ ਹੈ, ਨਹੀਂ ਮੰਨਦਾ ਇਨਸਾਨ ਹੈ, ਮੁੱਲਾਂ ਜੋ ਬੇਈਮਾਨ ਹੈ। ਸ਼ਹਿਜ਼ਾਦਾ ਦੁਨੀਆ 'ਤੇ ਆਇਆ ਹੈ, ਫਿਜ਼ਾ ਆ ਕੇ ਮੁਬਾਰਕ ਦਿੱਤੀ, ਮੌਲਾ ਮੁਬਾਰਕ ਅਮਾ ਕੈਸੀ ਮੌਲਾ ਬਚੜਾ ਦਿੱਤਾ ਜੀ, ਕਿਵੇਂ ਅੰਮਾ ਦੇਖ ਕੇ ਫਿਰਾ ਦੀਏ। ਅਕਬਰ ਨੇ ਅਕਬਰ ਕੋ ਅਕਬਰ ਬਣਾਇਆ, 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 ਇੰਜ ਲਗ ਜਮਾਇਆ, ਜੈ ਜੈ ਇਤਕਿਆ ਉਸੇ ਸਰ ਝੁਕਾਇਆ। ਬਹੁਤ ਮਿਹਰਬਾਨੀ, ਗਾਜ਼ੀ ਰੰਗਲਾਵੇ। ਅਕਬਰ ਨੇ ਅਕਬਰ ਕੋ ਅਕਬਰ ਬਣਾਇਆ, ਅਕਬਰ ਨੇ ਅਕਬਰ ਕੋ ਅਕਬਰ ਬਣਾਇਆ, ਇੰਜ ਰੰਗ ਜਮਾਇਆ, ਜੈ ਜੈ ਯਮਨ ਦਾ ਤਾਜਰ ਆਈ, ਯਮਨ ਦਾ ਬੜਾ ਵੱਡਾ ਤਾਜਰ ਆਈ, ਮਾਲਦਾਰ ਆਈ, ਦੋ ਬੇਟੇ ਆਸ ਕਜ਼ਾ ਇਲਾਹੀ ਮੌਤ ਆ ਗਈ, ਬਿਰਾਦ ਨਾਲ ਇਕੱਠੇ ਨਹੀਂ ਚੱਲ ਸਕਦੇ, ਮਾਲ ਵੰਡ ਲਵੀਏ, ਪਿਓ ਦੀ ਜਾਇਦਾਦ ਵੰਡੀ ਬਰਾਬਰ ਬਰਾਬਰ, ਛੋਟਾ ਤਾਂ ਬਾਬੇ ਦੇ ਹੱਥ 'ਚ ਇੱਕ ਡਬਲੀ ਹੁੰਦੀ ਆਈ, ਹਰ ਵੇਲੇ ਵਿਧਾਈ, ਉਹਦੇ 'ਚ ਕੋਈ ਕੀਮਤੀ ਜਵਾਹਰਾਤ ਹੋ ਸਨ। ਵੱਡਾ ਤਾਂ ਮੈਂ ਨਾਲ ਗਿਆ, ਹਮ ਬਾਬਾ ਪਾਕ ਨਬੀ ਦੀ ਜ਼ਿਆਰਤ 'ਤੇ ਗਿਆ ਆਈ, ਉਹ ਕੰਘਾ ਪੈ ਕਰਦਿਆਂ ਇੱਕ ਵਾਲ ਆ ਗਿਆ ਆਈ, ਬਾਬੇ ਮਿੰਨਤ ਕੀਤੀ ਆਈ, ਐਜੇ ਤਬਰਕ ਵਾਲ ਮੰਨ ਦਿਓ, ਸੋਹਣੇ ਨਬੀ ਦਿੱਤਾ ਆਈ, ਉਸ ਡਬਲੀ 'ਚ ਉਹ ਵਾਲ ਏ, ਅਤੇ ਬਾਬਾ ਜ਼ਿਆਰਤ ਕਰਨ ਦਾ ਆਦਾ ਵਿਖਾ ਤਾਂ ਸਹੀ, ਸਾਹਮਣੇ ਆਈ ਆਦਾ ਜਿਵੇਂ ਦੂਆ ਮਾਲ ਵੰਡੇ ਨਾ, ਕੈਚੀ ਮੰਗਾ ਜਾਂ ਛੁਰੀ, ਵਾਲ ਅੱਧੋ ਅੱਧ ਕਰ, ਅੱਧਾ ਤੂੰ ਰੱਖ ਅੱਧਾ ਮੈਨੂੰ ਦੇ। ਵੱਡਾ ਆਦਾ ਮੇਰਾ ਸਾਰਾ ਮਾਲ ਅਸਬਾਬ ਲੈ ਲੈ ਪਰ ਛੁਰੀ ਨਾ ਚਲਾ। ਨਬੀ ਦੇ ਵਾਲ 'ਤੇ ਛੁਰੀ ਨਾ ਚਲਾ, ਮਾਲ ਅਸਬਾਬ ਦੇ ਛੋੜਿਆ, ਵਾਲ ਚਾ ਕੇ ਨਬੀ ਦੀ ਜ਼ਿਆਰਤ ਦੇ ਸ਼ੌਕ 'ਤੇ ਟੁਰ ਪਿਆ। ਯਸਰਬ ਆਇਆ, ਚੰਦ ਬੰਦੇ ਮਿਲੇ ਨੌਜਵਾਨ, ਆਦੇ ਨਬੀ ਨੂੰ ਮਿਲਣਾ ਹੈ, ਜਵਾਬ ਮਿਲਿਆ ਉਹ ਤਾਂ ਦੁਨੀਆ 'ਤੇ ਟੁਰ ਗਏ, ਰੋਣ ਲੱਗ ਪਿਆ। ਇਹ ਲੋਕ ਆਦੇ ਰੋ ਨਹੀਂ, ਅੱਲਾਹ ਹੁਸੈਨ ਨੂੰ ਬਚੜਾ ਦਿੱਤਾ ਹੈ, ਜਿਹੜਾ ਸਾਗੀ ਨਬੀ ਏ ਹਜ਼ਾ ਕਿਵੇਂ ਦੱਸਣ ਵਾਲਾ ਦਾ। ਅਕਬਰ ਨੇ ਅਕਬਰ ਕੋ ਅਕਬਰ ਬਣਾਇਆ, ਅਕਬਰ ਨੇ ਅਕਬਰ ਕੋ ਅਕਬਰ ਬਣਾਇਆ, ਇੰਜ ਰੰਗ ਜਮਾਇਆ, ਜੈ ਜੈ ਤੱਕਿਆ ਉਸੇ ਸਰ ਝੁਕਾਇਆ। ਬਹੁਤ ਮਿਹਰਬਾਨੀ, ਗਾਜ਼ੀ ਰੰਗਲਾਵੇ ਤੁਸਾਂ ਜੀਓ ਤੁਹਾਡੇ ਬਚੜੇ ਜੀਵਨ ਅਸਰ ਕਮਾਲ ਏ, ਇੰਜ ਦਾ ਸ਼ਾਲਾ ਦਾ ਦੱਸਣ ਵਾਲਾ ਦਾ ਮੈਂ ਤੈਨੂੰ ਕਿਵੇਂ ਸਮਝਾਵਾਂ।
ਜਾਵੇ। ਸੋਹਣਾ ਤਾਂ ਉਹ ਸੀ, ਲਾਮਹਾਲ ਸੋਹਣਾ ਉਹ ਸੀ, ਲਾਮਹਾਲ ਸੋਹਣਾ ਉਹ ਸੀ, ਪਰ ਇਹ ਜੋ ਸਾਰਾ ਖਾਨਦਾਨ ਸੋਹਣਾ ਹੈ, ਕਹਿੰਦੇ ਵਾਂਗੂ ਇਹ ਕਹਿੰਦੀਆਂ ਸ਼ਕਲਾਂ ਦੇਂਦਾ, ਕਹਿੰਦੇ ਤੇ ਪਾਉਂਦਾ ਹੈ, ਦੱਸਣ ਵਾਲਾ ਦਾ ਮੈਂ ਤੈਨੂੰ ਕਿਵੇਂ ਸਮਝਾਵਾਂ। ਸਭ ਬੋਲੋ, ਸਭ ਬੋਲੋ, ਗਾਜ਼ੀ ਰੰਗ ਲਾਵੇ, ਤੁਸਾਂ ਜੀ ਹੋ, ਤੁਹਾਡੇ ਬੱਚੇ ਜੀ, ਖਿਜ਼ਰ ਦੀ ਉਮਰ ਹੋਵੇ ਤੁਹਾਡੀ, ਦੱਸਣ ਵਾਲਾ ਦਾ ਕਿਵੇਂ ਸਮਝਾਵਾਂ। ਕਿਵੇਂ ਮੰਨਿਆ ਜਵਾਬ ਮਿਲਿਆ? ਮਹੱਲਾ ਬਨੂ ਹਾਸ਼ਿਮ ਪੁੱਛਦਾ ਵਾ, ਬਾਦਸ਼ਾਹ ਹੁਸੈਨ ਦਾ ਬਚੜੇ ਪੁੱਛਦਾ ਹੋਇਆ ਮਹੱਲਾ ਬਨੂ ਹਾਸ਼ਿਮ ਆਇਆ, ਸ਼ਾਹ ਸਲਾਮ, ਜਵਾਬ ਮਿਲਿਆ ਤੇਰੇ ਨਾਨੇ ਦਾ ਜ਼ਿਆਰਤੀ ਆ, ਤੇਰਾ ਨਾਨਾ ਤਾਂ ਦੁਨੀਆਂ ਤੋਂ ਬੁਰਕਾ ਵਟਾ ਗਿਆ, ਸੁਣਿਆ ਅੱਲਾ ਤੈਨੂੰ ਬਚੜਾ ਦਿੱਤਾ ਹੈ, ਜਿਹੜਾ ਸਾਗੀ ਤੇਰੇ ਨਾਨੇ ਦੀ ਸ਼ਕਲ, ਜ਼ਿਆਰਤ ਕਰਵਾ। ਸੈਦ ਬਹਿਣ ਦੇ ਬੂਹੇ ਤੇ ਆਇਆ, ਇੰਨਾ ਮਾਯੂਰੀ ਦੁੱਲਾ ਸਦਕੇ, ਅਮਾ ਪਤਾ ਕਰ ਕੌਣ ਹੈ, ਫਿਰ ਆਈ ਕਿਉਂ ਅਕਬਰ ਵਾਲਾ ਦੇ, ਉਹ ਮੌਸਮ ਦੂਰ ਨਹੀਂ ਭੈਣ, ਜ਼ਿਆਰਤੀ ਆਇਆ ਹੈ, ਬੀਬੀ ਨਵਾਇਆ ਧਵਾਇਆ ਪੋਸ਼ਾਕ ਪਵਾਈ, ਜਦੋਂ ਜ਼ਿਆਰਤੀ ਦੇ ਸਾਹਮਣੇ ਆਇਆ ਹੋਇਆ ਕਿਆ ਬਾਤ ਸੁਣਾ ਬਈਏ, ਸੋਹਣਾ ਬਚੜਾ ਪਚ ਪੋਵੀ ਮੌਲਾ, ਯੋ ਸੋਹਣਾ ਬਚੜਾ ਪਚ ਪੋਵੀ ਮੌਲਾ, ਇੱਕ ਮੈਂ ਜਿਲਾਵੇ ਖੁਸ਼ੀਆਂ ਸੋਹਣਾ ਬਚੜਾ ਬਚ ਪਾਵੀ ਮੌਲਾ, ਯੋ ਸੋਹਣਾ ਬਚੜਾ ਬਚ ਪਾਵੀ ਮੌਲਾ, ਇੱਕ ਮੈਂ ਦਿਲਾਵੇ। ਪੂਰਾ ਬੈਣ ਸੁਣਾ ਬਈ ਜੀ, ਅੱਛਾ ਅੱਛਾ ਜੀ ਸੁਣਾ ਬਈ, ਹੁਸਨ ਜਗਾ ਸੇਰਾ ਪਵਾਇਆ।
ਇਹੋ ਸੋਹਣਾ ਬਛੜਾ ਬਚ ਪਾਵੀ ਮੌਲਾ, ਇਹੋ ਸੋਹਣਾ ਬਛੜਾ ਬਚ ਪਾਵੀ ਮੌਲਾ, ਤੁਮੇ ਦਿਲਾਵੇ ਖੁਸ਼ੀਆਂ ਹੁਸਨ ਜਟਾ ਸੇਰਾ ਪਵਾਇਆ। ਵਤਨ ਦੇ ਸਰਦਾਰਾਂ ਪੂਰਾ ਸ਼ੇਰ ਸੁਣਾ ਬਈ ਏ। ਗਾਜ਼ੀ ਰੰਗਲਾ ਇਹੋ ਸੋਹਣਾ ਬਛੜਾ ਬਚ ਪਾਵੀ ਮੌਲਾ, ਇਹੋ ਸੋਹਣਾ ਬਛੜਾ ਬਚ ਪਾਵੀ ਮੌਲਾ, ਤੁਸੇ ਦਿਲਾਵੇ ਖੁਸ਼ੀਆਂ ਹੁਸਨ ਜਟਾ ਸੇਰਾ ਪਵਾਇਆ। ਸੁਣਦੇ ਰਹਿੰਦੇ ਹੋ ਜੋ ਅਕਬਰ ਬਹੁਤ ਸੋਹਣਾ ਮਾਂ ਬੁਰਕਿਆਂ ਚ ਪਾਲਿਆ ਸੁਣਦੇ ਹੋ ਨਾ, ਲੇਕਿਨ ਵਜ੍ਹਾ ਦੱਸਾਂ ਕਿਆ ਵਜ੍ਹਾ ਹੈ ਦੇ ਸਾਹਿਬ ਆਈ ਪਰਦੇ ਸਲਾਮਤ ਹੋਵਨ ਸੁਣਾ ਬਈਏ। ਸਾਰਾ ਮਜ਼ਮੂਨ ਨਹੀਂ, ਸਾਰਾ ਮਜ਼ਮੂਨ ਨਹੀਂ। ਅਕਬਰ ਮੈਦਾਨ ਚ ਆਏ ਘੋੜੇ ਤੂੰ ਲੱਥੇ, ਆਦੇ ਬਾਬਾ ਲਹਿ ਪਿਆ ਹੁਸੈਨ ਤੂੰ ਜ਼ਮੀਨ ਛੁੱਟੀਏ। ਜਾਂਦੇ ਅਕਬਰ ਜੈ ਪਹਿਲਾਂਦੇ ਉਹਨਾਂ ਕੁਰਸੀਆਂ ਤੇ ਨਹੀਂ ਬਾਂਦੇ, ਜ਼ਮੀਨ ਛੁੱਟੀਏ ਤੇ ਹੋਇਆ ਕਿਆ ਏ। ਅੱਲਾ ਮਾਨ ਛਾਲਾ ਵਸਦੇ ਰਹੋ, ਧੀਆਂ ਦੇ ਪਰਦੇ ਆਉਣੀ ਏ। ਬਾਬਾ ਮੈਂ ਤਾਂ ਮੇਰੀ ਭੈਣ ਸਿੱਖਦੀ ਮਰ ਵਾ, ਆਪਣੀ ਗੁਰਬਤ ਦਾ ਵਾਸਤੇ ਹੀ ਕਮ ਅਜ਼ ਕਮ ਮੇਰੀ ਭੈਣ ਨੂੰ ਜਵਾਬ ਤਾਂ ਦੇ। ਸਾਡੇ ਨਾਲ ਕਿਆ ਗੁਜ਼ਰੀ ਏ, ਸ਼ਬੀਰ ਜਵਾਨ ਬਚੜੇ ਦੀ ਲਾਸ਼ ਤੇ ਉੱਠੇ ਮਦੀਨੇ ਤੋਂ ਮੂੰਹ ਕਰ ਕੇ ਆਦੇ ਸੋਹਰਾ ਕਿਆ ਦਸਾਵਾਂ। ਅੱਲਾ ਮਾਨ ਸ਼ਬੀਰ ਮਦੀਨੇ ਦੇ ਪਾਸ ਵੇਖ ਕੇ ਆ ਰਿਹਾ ਸੋਹਰਾ। ਕੋਈ ਨਹੀਂ ਕੀਤੀ ਅਕਬਰ ਦੀ ਸ਼ਾਦੀ, ਥੱਪ ਤੇ ਪਈ
ਮੈਂ ਉਹਦੇ ਮੈਂਬਰ ਛੋੜਾ ਆਸਮਾਨ ਤੋਂ ਡਿੱਠਾ ਦੋ ਸਫੈਦ ਕਬੂਤਰ ਆਏ ਇੱਕ ਕਬੂਤਰ ਨੂੰ ਆਪਣੀ ਦਾੜੀ ਦਾ ਖੂਨ ਲਾਇਆ ਮੈਂ ਕਬੂਤਰ ਨੂੰ ਅਕਬਰ ਦੀ ਛਾਤੀ ਦਾ ਖੂਨ ਲਾਇਆ ਮੈਂ ਕਬੂਤਰ ਦੇ ਮਿਨਕਾਰ ਦੇ ਵਿੱਚ ਖਤ ਰੱਖ ਕੇ ਫਰਮੈਂਦੇ ਨੇ ਮੰਝ ਮਦੀਨੇ ਤੇ ਤਾਂ ਖਾਲੀ ਹਾਇ ਕੀਤੀ ਇੱਥੇ ਸਯਦਾ ਦਾ ਮੰਝ ਮਦੀਨੇ ਉੱਥੇ ਸੁਗਰਾ ਦੀ ਡਾਡੀ ਆ ਮੇਰੇ ਖਤ ਦਾ ਜਵਾਬ ਆ ਗਿਆ ਕਿਵੇਂ ਲਿਖੜੀ ਡਾਡੀ ਮੈਨੂੰ ਬਾਬੇ ਦੇ ਖੂਨ ਦੀ ਖੁਸ਼ਬੂ ਪਈ ਆਉਂਦੀ ਕਬੂਤਰ ਝੋਲੀ 'ਚ ਆਇਆ ਡਾਡੀ ਬਾਬੇ ਦੇ ਖਤ ਦਾ ਜਵਾਬ ਆ ਗਿਆ ਸੁਣਾ ਲਿਖੜੀ ਅਜੀ ਡਾਡੀ ਸੁਣਾਵਣ ਤੋਂ ਇਨਕਾਰ ਤਾਂ ਕੋਈ ਨਹੀਂ ਲੇਕਿਨ ਪਹਿਲੇ ਉਕੂ ਨਾ ਸੁਣਾਉਂ ਜਾਂਦੇ ਫਾਇਦੇ ਥਾਏ ਨਾਨੀ ਤੇ ਡਾਡੀ ਨੂੰ ਨਾਲ ਰਲਾ ਜ਼ਰੀਏ ਨਬੀ ਤੇ ਆਈਏ ਨਾਨਾ ਮੁਬਾਰਕ ਹੋ ਵੀ ਦੀਨ ਬਚ ਗਈ ਮੇਰਾ ਬਾਬਾ ਕੁਸ ਗਿਆ ਨਬੀ ਕਮਰ ਤਾਂ ਬਾਹਰ ਆਏ ਕਿਵੇਂ ਸੁਗਰਾ ਤਰੋ ਕਿਆ ਦੀਏ ਸ਼ੁਕਰਾਨ ਜਵਾਬ ਦਿੱਤਾ ਹੈ ਤੇਰੇ ਵੀਰ ਦੇ ਚੰਦ ਤੋਂ ਹੁਣ ਪਿਆਰਾ ਨਾ ਮੈਂ ਹਰ ਬਰਬਾਦੀ ਥਈ ਹੈ ਹਾਏ ਲੱਖ ਸ਼ੁਕਰ ਥਿਆ ਨਹੁ ਨਾਲ ਗਈ ਵਾ ਹਾਂ ਹਾਏ ਉਸ ਮੁਲਕ ਦੀ ਰਸਮ ਕੇ ਬਈ ਨਾ ਨਾ ਕਿਆ ਪਿਆਰਾ ਹੈ ਅੱਲਾ ਦੇ ਨਬੀ ਨੇ ਦੀਨ ਦਸਾਇਆ ਹੈ ਟੁਰ ਸ਼ਾਮ ਗਈ ਹੈ ਮਾਂ ਤੇਰੀ ਓ ਟੁਰ ਸ਼ਾਮ ਗਈ ਹੈ ਮਾਂ ਤੇਰੀ ਓ ਟੁਰ ਸ਼ਾਮ ਗਈ ਹੈ ਮਾਂ ਤੇਰੀ ਬਕਰੀ ਜੇ ਪੁੱਤਰ ਮਰਾ ਕੇ ਬਕਰੀ ਜੇ ਪੁੱਤਰ ਮਰਾ ਕੇ ਆਇਓ ਜਲ ਖੈਮੇ ਗਏ ਲਹਿ ਚਾਦਰ ਗਈ ਹੋ ਜਲ ਖੈਮੇ ਤੇ ਮੇਰੇ ਭਰਾ ਦੀ ਲਾਸ਼ ਤੇ ਰੁਣੀਆਂ ਕੋਈ ਨਹੀਂ ਪਾਕ ਨਬੀ ਦੀ ਆਵਾਜ਼ ਆਈ ਸੁਗਰਾ ਕਿਆ ਨਸਾਵਾਂ ਜੀਓ ਭਾਅ ਜੀ ਮੈਂ 5 ਮਿੰਟ ਪੜ੍ਹਨਾ ਮੇਰੇ